हेलो स्टूडेंट, गुड मॉर्निंग टू ऑल ऑफ यू। बेटा अपना जिहड़ा अपना एजेंडा डिवर्सिटी वाला लास्ट वाला चैप्टर रह गया सी तुहाडा 10th, उहदे बारे आपां अज डिस्कस करांगे। ਜਿਵੇਂ ਸਕੂਲ ਵਿੱਚ ਲਿੰਗ ਦੀ ਸਮਾਨਤਾ ਪੈਦਾ ਕਰਨਾ ਵੀ ਕਿਵੇਂ ਸਮਾਨਤਾ ਪੈਦਾ ਹੁੰਦੀ ਆ, ਪਾਠਕ੍ਰਮ ਕੀ ਆ, ਪਾਠ ਪੁਸਤਕਾਂ ਕੀ ਹੁੰਦੀਆਂ ਨੇ, ਜਮਾਤ ਕਿਰਿਆਵਾਂ ਕਿਵੇਂ ਹੁੰਦੀਆਂ, ਅਧਿਆਪਕ ਦਾ ਵਿਦਿਆਰਥੀ ਨਾਲ ਕਿੱਦਾਂ ਦੀ ਬਿਹੇਵ ਆ, ਇਹ ਸਾਰੀ ਆਪਾਂ ਡਿਸਕਸ਼ਨ ਕਰਨੀ ਆ। ਪਹਿਲਾਂ ਭੂਮਿਕਾ ਦੇ ਵਿੱਚ ਦੇਖੋ ਪੁੱਤ, ਕਹਿੰਦੇ ਲਿੰਗ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਹੁੰਦੀਆਂ ਨੇ। ਆਮ ਤੌਰ 'ਤੇ ਲਿੰਗ ਸ਼ਬਦ ਦਾ ਉਹਨਾਂ ਵਿਸ਼ੇਸ਼ਤਾਵਾਂ ਦੇ ਸਮੂਹ ਨਾਲ ਹੁੰਦਾ ਜੋ ਨਰ ਅਤੇ ਮਾਦਾ ਵਿੱਚ ਅੰਤਰ ਕਰੇ। ਨਰ ਅਤੇ ਮਾਦਾ, ਨਰ ਮਤਲਬ ਮੁੰਡਾ, ਮਾਦਾ ਕੌਣ ਹੁੰਦੀ ਹੈਗੀ, ਕੁੜੀ ਹੁੰਦੀ ਆ। ਜੋ ਜੈਵਿਕ ਲਿੰਗ ਨੂੰ ਜਾਂ ਲਿੰਗ ਪਹਿਚਾਣ ਨੂੰ ਦਰਸਾਉਣ, ਮਤਲਬ ਕਿ ਆਪਾਂ ਲਿੰਗ ਦੇ ਇਸ ਚੀਜ਼ ਨੂੰ ਕਹਿੰਦੇ ਹਾਂ ਵੀ ਜਾਂ ਤਾਂ ਮੁੰਡੇ ਕੁੜੀ ਦਾ ਆਪਾਂ ਨੂੰ ਫਰਕ ਦੱਸਦੀ ਹੈ ਇਹ, ਠੀਕ ਹੈ। ਲਿੰਗ ਪਹਿਚਾਣ ਲਿੰਗ ਜਾਂ ਉਸਦੀ ਕਮੀ ਹੈ, ਠੀਕ ਹੈ। ਇੱਕ ਵਿਅਕਤੀ ਜਿਸ ਤਰ੍ਹਾਂ ਦੀ ਸਵੈ ਦੀ ਪਛਾਣ ਵੀ ਆਪਣੇ ਆਪ ਦੀ ਪਹਿਚਾਣ ਕਰਦਾ, ਇਹ ਜ਼ਰੂਰੀ ਨਹੀਂ ਹੈ ਕਿ ਜੈਵਿਕ ਲਿੰਗ ਉੱਤੇ ਆਧਾਰਿਤ ਹੋਵੇ, ਵੀ ਮਤਲਬ ਕਿ ਉਹ ਲਿੰਗ 'ਤੇ ਆਧਾਰਿਤ ਹੁੰਦਾ। ਕਿਸੇ ਪੁਰਸ਼ ਅਤੇ ਮਹਿਲਾ ਹੋਣ ਦੇ ਨਾਲ ਵਿਅਕਤੀਤਵ ਭਾਵਨਾ ਹੁੰਦੀ ਹੈ, ਵੀ ਉਹਦੀ ਵਿਅਕਤੀਤਵ ਉਸ ਤਰ੍ਹਾਂ ਦੀ ਹੁੰਦੀ, ਉੱਦਾਂ ਦੀ ਭਾਵਨਾ ਹੁੰਦੀ ਹੈਗੀ। ਮੁੱਖ ਤੌਰ 'ਤੇ ਦੋ ਪ੍ਰਕਾਰ ਦੇ ਲਿੰਗ ਹੁੰਦੇ ਆ ਬੇਟਾ, ਨਰ ਅਤੇ ਮਾਦਾ। ਲੇਕਿਨ ਕੁਝ ਸੰਸਕ੍ਰਿਤੀਆਂ ਵਿੱਚ ਜ਼ਿਆਦਾ ਲਿੰਗ ਵੀ ਦੱਸੇ ਗਏ ਹਨ, ਜਿਵੇਂ ਐਂਡੋਗ੍ਰੈਮੀ ਨੂੰ ਤੀਸਰਾ ਲਿੰਗ ਕਿਹਾ ਜਾਂਦਾ। ਕੁਝ ਸਮਾਜਾਂ ਵਿੱਚ 5 ਤੋਂ ਜ਼ਿਆਦਾ ਲਿੰਗ ਵੀ ਦੱਸੇ ਗਏ ਆ, ਜਿਵੇਂ ਕੁਝ ਸਮਾਜਾਂ ਵਿੱਚ ਪੁਰਸ਼ ਇਸਤਰੀ ਦਾ ਅਤੇ ਤੀਸਰਾ ਲਿੰਗ ਵੀ ਹੁੰਦਾ ਹੈਗਾ। ਲਿੰਗ ਪ੍ਰਗਟਾ ਦਾ ਸੰਬੰਧ ਕਿਸੇ ਦੀ ਬਾਹਰੀ ਲਿੰਗ ਪਹਿਚਾਣ ਤੋਂ ਹੈ, ਜੋ ਕਿ ਵਾਲਾਂ ਦੇ ਸਟਾਈਲ ਤੋਂ ਲਾ ਲਓ ਜਾਂ ਪਹਿਰਾਵੇ ਤੋਂ ਲਾ ਲਓ ਜਾਂ ਸਰੀਰ ਦੀਆਂ ਵਿਸ਼ੇਸ਼ਤਾਵਾਂ ਆਦਿ ਤੋਂ ਲਾ ਲਓ, ਇਸ ਤਰ੍ਹਾਂ ਦੀ ਲਿੰਗ ਦੀ ਪਹਿਚਾਣ ਹੁੰਦੀ ਆ। ਲਿੰਗ ਸਮਾਨਤਾ ਦਾ ਅਰਥ ਕੀ ਆ? ਕਹਿੰਦੇ ਲਿੰਗ ਸਮਾਨਤਾ ਦਾ ਅਰਥ ਹੈ ਇਸਤਰੀ ਅਤੇ ਪੁਰਸ਼ ਨੂੰ ਮੌਕਿਆਂ ਦੇ ਅਧਿਕਾਰ ਆ। ਇਹਦੇ ਵਿੱਚ ਸਮਾਨਤਾ ਤੋਂ ਮਤਲਬ ਇਹ ਹੈ ਬੇਟਾ, ਇਸਤਰੀਆਂ ਅਤੇ ਜਿਹੜੇ ਪੁਰਸ਼ਾਂ ਨੂੰ ਆ ਮੌਕੇ ਦੇ ਅਧਿਕਾਰਾਂ ਦੀ ਦ੍ਰਿਸ਼ਟੀ ਤੋਂ ਸਮਾਨ ਸਮਝਣਾ ਚਾਹੀਦਾ, ਵੀ ਉਹਨਾਂ ਨੂੰ ਇੱਕੋ ਜਿਹੇ ਮੌਕੇ ਅਤੇ ਅਧਿਕਾਰ ਆ ਜਿਹੜੇ ਦਿੱਤੇ ਜਾਣੇ ਚਾਹੀਦੇ ਆ। ਲਿੰਗ ਦੇ ਆਧਾਰ 'ਤੇ ਕੋਈ ਵੀ ਭੇਦਭਾਵ ਨਾ ਕਰਨਾ। ਭਾਰਤੀ ਸਮਾਜ ਵਿੱਚ ਇਸਤਰੀ ਦੀ ਦਸ਼ਾ ਸੋਚਣਯੋਗ ਹੈ ਅਤੇ ਉਹ ਸਾਲਾਂ ਤੋਂ ਹੀ ਸ਼ੋਸ਼ਣ ਦੀ ਸ਼ਿਕਾਰ ਹੈਗੀ। ਇਸ ਸੰਦਰਭ ਵਿੱਚ ਲਿੰਗ ਸਮਾਨਤਾ ਦਾ ਅਰਥ ਹੈ ਕਿ ਇਸਤਰੀਆਂ ਨੂੰ ਪੁਰਸ਼ਾਂ ਦੇ ਸਮਾਨ ਅਧਿਕਾਰ ਅਤੇ ਮੌਕੇ ਪ੍ਰਦਾਨ ਕਰਨਾ, ਤਾਂ ਕਿ ਸਮਾਜ ਵਿੱਚ ਉਹਨਾਂ ਦੀਆਂ ਸਮਰੱਥਾਵਾਂ ਦਾ ਵੀ ਲਾਭ ਉਠਾਇਆ ਜਾ ਸਕੇ, ਵੀ ਉਹ ਵੀ ਕੰਮ ਕਰ ਸਕਦੀਆਂ ਨੇ। ਅੰਤ ਇੱਥੇ ਜ਼ਰੂਰੀ ਹੈ ਕਿ ਇਸਤਰੀਆਂ ਨੂੰ ਕੁਝ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਕਿ ਉਹ ਪੁਰਸ਼ਾਂ ਨਾਲ ਇੱਕੋ ਪੱਧਰ 'ਤੇ ਆ ਸਕਣ। ਪ੍ਰਾਚੀਨ ਕਾਲ ਵਿੱਚ ਇਸਤਰੀਆਂ ਦੀ ਹਾਲਤ ਅਤਿਅੰਤ ਤਰਸਯੋਗ ਸੀ, ਬਹੁਤ ਜ਼ਿਆਦਾ ਮਤਲਬ ਤਰਸਯੋਗ ਮੰਨਦੇ ਸੀ। ਅਨੇਕਾਂ ਰਾਜਿਆਂ ਨੇ ਇਸਤਰੀਆਂ ਦੀ ਹਾਲਾਤ ਨੂੰ ਸੁਧਾਰਨ ਦੇ ਯਤਨ ਵੀ ਕੀਤੇ ਨੇ, ਪਰੰਤੂ ਸਾਲਾਂ ਦੇ ਬਾਅਦ ਵੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਮਹੱਤਵ ਆ ਜਿਹੜਾ ਨਹੀਂ ਦਿੱਤਾ ਜਾਂਦਾ, ਠੀਕ ਹੈ। ਕਿਸੇ ਵੀ ਸਮਾਜ ਦੀ ਵਿਵਸਥਾ ਵਿੱਚ ਇਸਤਰੀ ਅਤੇ ਪੁਰਸ਼ਾਂ ਦਾ ਵਿਸ਼ੇਸ਼ ਮਹੱਤਵ ਹੈ, ਜਿੰਨਾ ਅਹਿਮ ਸਥਾਨ ਪੁਰਸ਼ ਦਾ ਹੁੰਦਾ ਉਨਾ ਹੀ ਕੀ ਹੁੰਦਾ ਗਾ ਇਸਤਰੀ ਦਾ ਹੁੰਦਾ। ਪਰੰਤੂ ਸਾਡੇ ਸਮਾਜ ਵਿੱਚ ਤਾਂ ਇਹੀ ਸਮਝਿਆ ਜਾਂਦਾ ਵੀ ਜਿਹੜਾ ਪੁਰਸ਼ ਪ੍ਰਧਾਨ ਸਮਾਜ ਹੀ ਹੈ ਰਾਜੇ, ਠੀਕ ਹੈ, ਕਿਤੇ ਨਾ ਕਿਤੇ ਇਸਤਰੀਆਂ ਨਾਲ ਭੇਦਭਾਵ ਕੀਤਾ ਹੀ ਜਾਂਦਾ ਗਾ। ਇਸ ਤਰ੍ਹਾਂ ਦੀ ਸਮਾਨਤਾ ਨੂੰ ਦੂਰ ਕਰਨਾ ਹੀ ਲਿੰਗ ਅਸਮਾਨਤਾ ਹੈ, ਠੀਕ ਹੈ ਜੀ। ਆਜ਼ਾਦੀ ਤੋਂ ਬਾਅਦ ਇਸ ਦਿਸ਼ਾ ਵਿੱਚ ਕਹਿੰਦੇ ਕੁਝ ਯਤਨ ਕੀਤੇ ਗਏ ਨੇ। ਇਸਤਰੀਆਂ ਦੀ ਹਾਲਤ ਨੂੰ ਸੁਧਾਰਨ ਦੇ ਲਈ ਸਿੱਖਿਆ ਦੇ ਵਿਸ਼ੇਸ਼ ਮਹੱਤਵ ਵੀ ਦਿੱਤਾ ਗਿਆ। ਸੁਤੰਤਰਤਾ ਬਾਅਦ ਗਠਿਤ ਅਨੇਕਾਂ ਆਯੋਗਾਂ ਨੇ ਵੀ ਲੜਕੀਆਂ ਦੀ ਸਿੱਖਿਆ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਾ, ਕਿਉਂਕਿ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਵੀ ਲਿੰਗ ਸਮਾਨਤਾ ਦੇ ਲਈ ਲੜਕੀਆਂ ਦੀ ਸਿੱਖਿਆ ਦੀ ਜ਼ਰੂਰਤ ਅਤੇ ਮਹੱਤਵ ਕਿਉਂ ਸੀ, ਠੀਕ ਹੈ। ਪੂਰਨ ਸਾਖਰਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕਹਿੰਦੇ ਜਿਹੜੀ ਹੈ ਟੂ ਰਿਲਾਈਜ਼ ਦਾ ਗਲੋਬਲ ਆਫ ਗੋਲ ਆਫ ਦਾ ਫੁੱਲੀ ਲਿਟਰੇਸੀ, ਕਹਿੰਦੇ ਪੂਰਨ ਸਾਖਰਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਲੜਕੀਆਂ ਦੀ ਸਿੱਖਿਆ ਬਹੁਤ ਮਹੱਤਵਪੂਰਨ ਹੈ, ਠੀਕ ਹੈ ਜੀ। ਲੜਕੀਆਂ ਦੀ ਸਿੱਖਿਆ ਕੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਪੁਰਸ਼ਾਂ ਦੀ ਤਰ੍ਹਾਂ ਇਸਤਰੀਆਂ ਵੀ ਸਮਾਜ ਦਾ ਕੀ ਹੁੰਦੀਆਂ ਨੇ, ਹਿੱਸਾ ਹੁੰਦੀਆਂ ਨੇ। ਇਹਨਾਂ ਸਿੱਖਿਅਤ ਕੀਤੇ ਬਿਨਾਂ ਪੂਰਨ ਸਿੱਖਿਆ ਦੇ ਉਦੇਸ਼ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇਕਰ ਆਪਾਂ ਇਸਤਰੀਆਂ ਨੂੰ ਸਿੱਖਿਆ ਨਹੀਂ ਦਿੰਦੇ ਤਾਂ ਕੀ ਆਪਾਂ ਸਿੱਖਿਆ ਦੇ ਉਦੇਸ਼ ਨੂੰ ਪ੍ਰਾਪਤ ਕਰ ਸਕਦੇ ਹਾਂ? ਪੂਰੀ ਸਿੱਖਿਆ ਆਪਣੇ ਸੰਸਾਰ ਵਿੱਚ ਪੈਦਾ ਹੋ ਸਕਦੀ ਹੈ ਵੀ ਸਾਰੇ ਲੋਕ ਸਿੱਖਿਅਤ ਹੋ ਜਾਣ? ਸਮਾਜਿਕ ਪਰਿਵਰਤਨ ਦੇ ਲਈ, ਕਿਸੇ ਵੀ ਸਮਾਜ ਦੇ ਵਿਕਾਸ ਲਈ ਸਮਾਜਿਕ ਪਰਿਵਰਤਨ ਦਾ ਹੋਣਾ ਬਹੁਤ ਜ਼ਰੂਰੀ ਆ, ਠੀਕ ਹੈ। ਪੁਰਾਣੀ ਸਮਾਜਿਕ ਵਿਵਸਥਾ ਵਿਕਾਸ ਵਿੱਚ ਰੁਕਾਵਟ ਹੁੰਦੀ ਆ। ਭਾਰਤੀ ਸਮਾਜ ਦੇ ਲੋਕ ਆਪਣੇ ਤੌਰ ਤਰੀਕੇ ਨੂੰ ਛੱਡ ਕੇ ਨਵੇਂ ਪਰਿਵਰਤਨਾਂ ਨੂੰ ਅਪਣਾਉਣ ਤੋਂ ਘਬਰਾਉਂਦੇ, ਵੀ ਨਵੇਂ ਪਰਿਵਰਤਨ ਚੇਂਜ ਕਰੇ ਹੁੰਦੇ ਜਿਹੜੀਆਂ ਚੀਜ਼ਾਂ 'ਚ ਉਹਨੂੰ ਘਬਰਾਉਂਦੇ ਨੇ। ਇਹ ਆਦਤ ਪੁਰਸ਼ਾਂ ਦੀ ਥਾਂ 'ਤੇ ਇਸਤਰੀਆਂ ਵਿੱਚ ਜ਼ਿਆਦਾ। ਇਸ ਪ੍ਰਵਿਰਤੀ ਨੂੰ ਸਿੱਖਿਆ ਦੇ ਮਾਧਿਅਮ ਨਾਲ ਕੀ ਕੀਤਾ ਜਾ ਸਕਦਾ? ਰੋਕਿਆ ਜਾ ਸਕਦਾ ਜਾਂ ਪ੍ਰਾਪਤ ਕੀਤਾ ਜਾ ਸਕਦਾ, ਠੀਕ ਹੈ। ਮਨੁੱਖੀ ਸੰਸਾਧਨਾਂ ਦੇ ਵਿਕਾਸ ਦੇ ਲਈ ਕਹਿੰਦੇ ਕਿਸੇ ਵੀ ਰਾਸ਼ਟਰ ਕੋਲ 3 ਪ੍ਰਕਾਰ ਦੇ ਸਾਧਨ ਹੁੰਦੇ ਆ, ਭੌਤਿਕ, ਆਰਥਿਕ ਅਤੇ ਮਾਨਵੀ। ਮਨੁੱਖੀ ਸੰਸਾਧਨਾਂ ਵਿੱਚ ਪੁਰਸ਼ ਅਤੇ ਇਸਤਰੀਆਂ ਦੋਨੋਂ ਸ਼ਾਮਲ ਹੈ। ਮਨੁੱਖੀ ਸੰਸਾਧਨਾਂ ਵਿੱਚ ਨਿਵੇਸ਼ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਕਹਿੰਦੇ ਜੇਕਰ ਇਹਨਾਂ ਵਿੱਚ ਉਚਿਤ ਯੋਗਤਾ ਅਤੇ ਕੌਸ਼ਲ ਜੇ ਗੁਣ ਨਾ ਹੋਵੇ ਤਾਂ ਸਾਰੇ ਸਾਧਨ ਜਿੰਨੇ ਵੀ ਸਾਧਨ ਨੇ ਉਹ ਕੀ ਹੁੰਦੇ ਨੇ? ਬੇਕਾਰ ਹੁੰਦੇ ਨੇ ਬੇਟਾ। ਇਸਤਰੀਆਂ ਵੀ ਸਾਡੇ ਰਾਸ਼ਟਰ ਦਾ ਮੁੱਖ ਸੰਸਾਧਨ ਹਨ, ਤਾਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਵਿਅਕਤੀਤਵ ਦਾ ਸਮੁੱਚਾ ਕੀ ਹੋਣਾ ਚਾਹੀਦਾ? ਵਿਕਾਸ ਹੋਣਾ ਚਾਹੀਦਾ, ਅਤੇ ਰਾਸ਼ਟਰੀ ਵਿਕਾਸ ਦੇ ਲਈ ਵੀ ਉਹ ਜ਼ਰੂਰੀ ਨੇ, ਠੀਕ ਹੈ। ਇਸਤਰੀਆਂ ਨੂੰ ਜਾਗਰੂਕ ਅਤੇ ਪ੍ਰੋਤਸਾਹਿਤ ਕਰਨ ਦੇ ਲਈ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਜਾਗਰੂਕ ਹੋਣਾ ਇਸ ਵਿੱਚ ਸਿੱਖਿਆ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਫਿਰ ਹੀ ਉਹਨਾਂ ਨੂੰ ਅਧਿਕਾਰ ਮਿਲਦੇ ਜੇ ਉਹ ਸਿੱਖਿਆ ਨੂੰ ਲੈਂਦੀਆਂ ਨੇ, ਠੀਕ ਹੈ। ਇਸਤਰੀਆਂ ਸਾਲਾਂ ਤੋਂ ਸ਼ੋਸ਼ਣ ਦਾ ਸ਼ਿਕਾਰ ਰਹੀਆਂ ਨੇ, ਤਾਂ ਪਤਾ ਹੀ ਹੈ ਸਾਰਿਆਂ ਨੂੰ ਪੁੱਤ ਵੀ ਉਹਨਾਂ ਦਾ ਸ਼ੋਸ਼ਣ ਹੀ ਹੋ ਰਿਹਾ ਇਸਤਰੀਆਂ ਦਾ। ਹੁਣ ਅੱਜ ਕੱਲ੍ਹ ਵੀ ਹੋ ਰਿਹਾ ਵਿੱਚ ਵਿੱਚ, ਪਰ ਅੱਜ ਕੱਲ੍ਹ ਇਸਤਰੀਆਂ ਦੀ ਜਿਹੜੀ ਦਸ਼ਾ ਥੋੜ੍ਹੀ ਜਿਹੀ ਵਧੀਆ।
ठीक है भी सिक्ख्या की अणहोंद उन्हों तो यह उम्मीद नहीं की जा सकती कि वह अपने प्रति भी जो उन्होंने सिक्ख्या ही नहीं दी कि वह अपने प्रति कोई भी जो भी शोषण होंगे भी उन्होंने रोक नहीं सकते आपके वो खिलाफ वो आवाज़ नहीं उठा सकती है तो इसलिए उन्होंने सिक्ख्यात होना की है बहुत जरूरी है। नवी सिक्ख्यात नीतियाँ विच ये कहा गया कि सिक्ख्या इस्त्रियों के पद्धर में सुधार लिया एक साधन के रूप में प्रयोग किया जा सके। बच्चों के व्यक्तित्व विकास के लिए माँ बच्चे की पहली अध्यापक होंगे कहा गया कि स्त्री अति सिक्ख्यात होने पूरा परिवार सिक्ख्यात होंगे जो स्त्री पर मतलब कि सिक्ख्यात है तो वह परिवार भी की होगा सिक्ख्यात होगा जिस नाल बच्चों का वधिया विकास होगा। अनेक राष्ट्रीय समस्यावां दे समाधान दे लई साडे राष्ट्र विच कई अजिहियां कहिंदे समस्यावां हुंदियां जिन्हां दे समाधान विच स्त्रियां अपना रचनात्मक मतलब कि पूरा सहयोग दिंदियां ने पर उहनां दे लई उहनां नूं सिक्ख्यात होना जरूरी है। तो उदाहरण के लिए जिवें वधदी हुई जनसंख्या की समस्या ला लो, गरीबी ला लो, बेरोजगारी ला लो, प्रदूषण ला लो, ये सारी समस्यावां दा हल सिक्ख्या तौर ते कर सकदी है भी कोई होर नहीं कर सकता। व्यक्तित्व दे सर्वपक्षी विकास लई सिक्ख्यात जिहड़ी माँ हो जिहड़ी माँ पढ़ी लिखी हो बच्चों नूं योग नागरिक के रूप में तैयार करेगी वधिया नागरिक बनाऊगी। इस संदर्भ में मैजनी का कथन अहम है कि बच्चा नागरिकता का पहला पाठ की तो सीखता अपनी माँ तो, ये तो पता ही है ना बच्चा अपनी नागरिकता का पहला पाठ की तो सीखता अपनी माँ तो। सिक्ख्यात स्त्री बच्चे के मानसिक भावनात्मक विकास में भी की करती है मदद करती है इसलिए संतुलित व्यक्तित्व लिए स्त्री सिक्ख्या बल देना होगा। लोकतंत्रता की सफलता के लिए भारत में लोकतंत्रता उदो पूरी तरह सफल होगा जो स्त्रियों लिंग के आधार पर कोई भी समानता का व्यवहार किया जाए। भी संविधान द्वारा लिंग समानता स्थापित की गई है परंतु अज भी वो न्याय तो वांछी है मतलब बहुत सारिया है स्त्रियां हजे भी जिन्होंने कानून है भी कुछ इदा के फैसले लैन के अधिकार नहीं दिता भी वो अपने फैसले आप कर सकन उन्होंने अधिकारों का की हो रहा हनन हो रहा। ठीक है भारत में लोकतंत्र की सफलता लिए लिंग समानता की हैगी जरूरी है। मनुखी अधिकारों की रक्षा कहिंदे संयुक्त राष्ट्र महासभा द्वारा घोषित मानव अधिकार हरेक मानव के लिए है चाहे वह पुरश ला लो चाहे स्त्री ला लो। समाज के वर्गों इन तो वक् करना उन्होंने अधिकारों का हनन है इन्होंने रोकने के लिए भी सिंग लिंग समानता की है अपने को जरूरी है। लिंग समानता कुदरत का की एक निजम है कुदरत का यह निजम है कि सिर्फ मर्द तो यह सृष्टि नहीं चल सकती तो मानव प्रकृति की इस निजम की उलंघना करके कुदरत को चुनौती दे रहा कि अज भारत में पुरुषों की तुलना में स्त्रियां की है संख्या लगातार घट रही है अंत लिंग समानता कुदरती मांग है। ठीक है भारतीय संस्कृति की रक्षा प्राचीन भारत में स्त्रियों मर्दों के समान समझा जाता है हिंदू धर्म में स्त्रियों मर्दा अंगनी मानते धर्म पत्नी मानते थे। ठीक है मर्द तो स्त्री एक दूजे के की होंगे पूरक मतलब पूर्ण समझे जाते थे किसी भी व्यक्ति समाजिक ते धार्मिक स्थान में स्त्री की मौजूदगी जरूरी मनी जाती सी जरूरी मानते थे इसलिए स्त्रियों को समाज में बराबर स्थान मिलना चाहिए इसलिए लिंग समानता जरूरी है। स्त्रियों में आत्म विश्वास का विकास कहते अज स्त्री केवल घर में ही नहीं बाहर भी हरेक खेत्र में अपनी प्रतिभा प्रदर्शित कर सकती है स्त्रियां पुरुषों तो घट नहीं होंगे। ठीक है अज स्त्रियों ने अपना दबदबा उन्होंने खेत्रों में भी कायम कर लिया जिथे सिर्फ केवल पुरुष का ही एकाधिकार समझा जाता सीगा इसलिए जरूरी है भी सिक्ख्या मतलब कि उन्होंने जोड़ा पूर्ण विश्वास है जोड़ा होना चाहिए। चंगे परिवारिक संबंध भारतीय समाज में कुड़ी का पालन पोषण इस तरह का होना चाहिए कि उसन भावना उत्पन्न होगी भी मतलब अपने आप में किसी तो घट ना समझे बचपन में पिता जवानी पति तो बुढ़ापे में पुत्र की रक्षा करे जिस उसके आत्म विश्वास से सम्मान से की हो कोई भी ठेस आ जी ना पहुँचे तो दूसरा पुरुष अपने आप में उत्तम समझता है जिस नाल स्त्री पुरुष के आपसी संबंध में कड़वाहट पैदा हो जाती है तो चंगे परिवारिक संबंधों के लिए लिंग समानता की है जरूरी है। तो उपरोक्त विचारों तो यही पता लगता है कि लिंग समानता समय की मंग है मर्दों के नाल नाल स्त्रियों की योग्यतावान का लाभ समाज में मिलना चाहिए। ठीक है राजे ये जो थोड़ा अज्ज का टॉपिक है खत्म हो गया अगे आप कल वाला टॉपिक कल वाले लैक्चर के करते हैं। ठीक है जी बाकी जो कोई प्रॉब्लम लगती हुई तो मैं दोबारा पूछ लो। ओके बेटा थैंक यू सो मच।